ਪਟਿਆਲਾ ਵਿਚ ਟਾਸਕੋ ਪਾਵਰਕਮ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਬਿਜਲੀ ਬੋਰਡ ਦੇ ਹੈੱਡ ਆਫਿਸ ਦੇ ਬਾਹਰ ਧਰਨਾ ਦਿੱਤਾ, ਜਿੱਥੇ ਉਨ੍ਹਾਂ ਦੇ ਹੱਕ ਵਿਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਅਤੇ ਬਿਜਲੀ ਬੋਰਡ ਮੈਨੇਜਮੈਂਟ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਥੇ ਹੀ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਅੱਜ ਦੇ ਸਾਡੇ ਮੁੱਖ ਮੰਗਾਂ ਹੈਗੇ, ਪਹਿਲੀ ਸਾਡੀ ਕੰਸੈਸ਼ਨੀ ਡਿਮਾਂਡ ਹੈਗੀ ਬਿਜਲੀ ਕੰਸੈਸ਼ਨ, ਜਿਹੜਾ ਕਿ ਪੰਜਾਬ ਸਰਕਾਰ ਸਾਰੇ ਵਰਗਾਂ ਨੂੰ ਦੇ ਰਹੀ ਆ, ਪਰ ਬਿਜਲੀ ਕੰਸੈਸ਼ਨ ਜਿਹੜਾ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਮਟੈਰੀਆਂ ਨਹੀਂ ਮਿਲਦਾ, ਜਿਨ੍ਹਾਂ ਨੇ ਕਿ ਬਿਜਲੀ ਬੋਰਡ ਨੂੰ ਉਸਾਰਿਆ, ਮਿਹਨਤ ਕਰਕੇ ਨੂੰ ਖੜਾ ਕੀਤਾ, ਉਹਨਾਂ ਨੂੰ ਕੰਸੈਸ਼ਨ ਹੈ ਨਹੀਂ। ਦੂਜੀ ਸਾਡੀ ਡਿਮਾਂਡ ਹੈਗੀ ਆ 6ਵਾਂ ਪੇ ਕਮਿਸ਼ਨ ਜਿਹੜਾ ਹੈਗਾ ਸਰਕਾਰ ਨੇ ਲਾਗੂ ਨਹੀਂ ਕੀਤਾ। ਇਸ ਤੋਂ ਇਲਾਵਾ DA ਨੇ 4 ਕਿਸ਼ਤਾਂ ਸਰਕਾਰ ਜਿਹੜੀ ਹੈਗੀ ਆ ਉਹ ਨਹੀਂ ਦੇ ਰਹੀ, 22 ਮਹੀਨੇ ਦਾ ਬਕਾਇਆ ਜਿਹੜਾ ਹੈਗਾ ਸਾਡਾ ਉਹ ਬਕਾਇਆ ਪਿਆ। ਇਹ ਸਾਡੀਆਂ ਡਿਮਾਂਡਾਂ ਪਿੱਛੇ ਜਿਹੜਾ ਹੈਗਾ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ। ਪਹਿਲਾਂ ਅਸੀਂ ਡਿਵੀਜ਼ਨ ਲੈਵਲ ਦੇ ਰੈਲੀਆਂ ਕਰਕੇ ਪੰਜਾਬ ਦੇ ਵਿੱਚ ਜਿਹੜਾ ਹੈਗਾ SDO ਨੂੰ ਮੰਗ ਪੱਤਰ ਦਿੱਤੇ ਨੇ, ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਗ ਪੱਤਰ ਦਿੱਤਾ ਰਾਮਪੁਰਾ ਸਕੂਲ ਜਾ ਕੇ, ਉਸ ਤੋਂ ਬਾਅਦ ਅੱਜ ਜਿਹੜਾ ਹੈਗਾ ਅਸੀਂ 10 ਤਰੀਕ ਨੂੰ ਜਿਹੜਾ ਹੈਗਾ ਇੱਥੇ ਧਰਨਾ ਦੇਣ ਜਾ ਰਹੇ ਹਾਂ। ਇਹ ਧਰਨੇ ਸਭ ਤੋਂ ਵੱਡੀ ਸਾਨੂੰ ਪ੍ਰੋਬਲਮ ਇਸ ਗੱਲ ਦੀ ਆ ਵੀ ਅਸੀਂ 22-10 ਨੂੰ ਅਸੀਂ ਜਿਹੜਾ ਹੈਗਾ ਨੋਟਿਸ ਦਿੱਤਾ ਸੀ ਕਾਰਪੋਰੇਸ਼ਨ ਨੂੰ, ਪਰ ਅੱਜ ਤੱਕ ਮੀਟਿੰਗ ਤੱਕ ਨਹੀਂ ਇਹਨਾਂ ਨੇ ਦਿੱਤੀ ਸਾਨੂੰ। ਜਿੱਥੋਂ ਜਿਹੜਾ ਮੁਲਾਜ਼ਮ ਪੈਨਸ਼ਨ ਬਹੁਤ ਜ਼ਿਆਦਾ ਰੋਸ ਫੈਲਿਆ ਹੋਇਆ, ਉਹ ਕਹਿੰਦੇ ਵੀ ਬਿਲਕੁਲ ਸਾਡੀ ਪਰਵਾਹ ਨਹੀਂ ਕਰਦੇ, ਸਾਡੀਆਂ ਜਿਹੜੇ ਜਾਇਜ਼ ਮੰਗਾਂ ਨਹੀਂ ਮੰਨਦੇ, ਜਿਹਦੇ ਕਰਕੇ ਸਾਨੂੰ ਅੱਜ ਜਿਹੜਾ ਸਟੇਟ ਲੈਵਲ ਦਾ ਧਰਨਾ ਦਿੱਤਾ ਜਾ ਰਿਹਾ, ਉਸ ਤੋਂ ਬਾਅਦ ਅਸੀਂ ਮੰਗ ਕਰਦੇ ਹਾਂ। ਅਗਰ ਜੇ ਅੱਜ ਵੀ ਤੁਹਾਡੀ ਮੰਗ ਨਹੀਂ ਮੰਗੀ ਜਾਂਦੀ ਤਾਂ ਅਗਲਾ ਸਟੈਪ ਕੀ ਹੋਏਗਾ ਜੀ ਤੁਹਾਡਾ? ਇਸ ਤੋਂ ਬਾਅਦ ਅਸੀਂ ਹੋਰ ਜਿਹੜੇ ਮੀਟਿੰਗ ਬੁਲਾ ਕੇ ਆਪਣਾ ਤਿੱਖਾ ਸੰਘਰਸ਼ ਕਰਾਂਗੇ, ਔਰ ਇਸ ਤੋਂ ਵੱਡੇ ਸੰਘਰਸ਼ ਕਰਾਂਗੇ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਲਗਾਤਾਰ ਜਿਹੜਾ ਹੈਗਾ ਆਪਣੇ ਸੰਘਰਸ਼ ਜਾਰੀ ਰੱਖਾਂਗੇ, ਕਿਉਂਕਿ ਸਾਡੀ ਐਸੋਸੀਏਸ਼ਨ ਪੰਜਾਬ ਦੇ ਵਿੱਚ ਇਕੱਲੀ ਇਕੱਲੀ ਡਿਵੀਜ਼ਨ ਸਰਕਲ ਵਿੱਚ ਫੈਲੀ ਹੋਈ ਆ ਅਤੇ 22,000 ਤੋਂ ਵੱਧ ਸਾਡਾ ਮੈਂਬਰ ਆ ਪੰਜਾਬ ਦੇ ਵਿੱਚ। ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ 22,000 ਬੰਦਾ ਜਿਹੜਾ ਹੈਗਾ ਸਾਰਾ ਇੱਕ ਥਾਂ ਦੇ ਉੱਤੇ ਜਥੇਬੰਦੀ ਖੜਾ, ਅਤੇ ਉਹ ਹੋਰ ਤਿੱਖੇ ਸੰਘਰਸ਼ ਕਰਕੇ ਜਿਹੜਾ ਹੈਗਾ ਆਪਣੀ ਮੰਗਾਂ ਮਨਾਵਾਂਗੇ। ਇਹ ਸਾਡੀ ਜਥੇਬੰਦੀ ਦਾ ਫੈਸਲਾ, ਜਿਹੜਾ ਵੀ ਫੈਸਲਾ ਕਰੂਗੀ ਉਹ ਅਸੀਂ ਐਕਸ਼ਨ ਕਰਾਂਗੇ।